ਸੀ ਆਪਾਂ ਤੁਹਾਨੂੰ ਲਵਾਂਗੇ and I have somebody behind me. I never wanted the cherub to also attack us, so I hold it with this hand. Where are you going and did the accident happen? I was leaving from Kuhara coming to Katani. And the cherub was in my hand. It was just caught in my hand. It came all the way to my bone. Thread? Yeah, the cat rope, it was very strong. Yeah, because I wanted to cut it, but to no avail. So it was in my hand, it was just caught in my hand. Yeah. Gradually. ਇਹ ਬੇਸਿਕਲੀ ਐਕਸੀਡੈਂਟ ਹੋਇਆ, ਇਹ ਦੋ ਜਣੇ ਸੀਗੇ ਬਾਈਕ 'ਤੇ, ਅਤੇ ਇਹ ਹੀਰਾ ਪਿੰਡ ਵੱਲ ਨੂੰ ਜਾ ਰਹੇ ਸੀਗੇ, ਅਤੇ ਉੱਧਰ ਚਾਈਨਾ ਡੋਰ ਕਿਤੇ ਰੋਡ 'ਤੇ ਲਟਕ ਰਹੀ ਸੀਗੀ, ਜੋ ਇਹਦੇ ਹੱਥ ਨੂੰ ਕੱਟ ਲੱਗ ਗਿਆ, ਔਰ ਇਹਦੇ ਹੱਥ 'ਚ ਫੈਕਚਰ ਵੀ ਹੈਗਾ, ਔਰ ਬਹੁਤ ਜ਼ਿਆਦਾ ਡੀਪ ਕੱਟ ਸੀਗਾ ਜਿਹੜਾ ਅਸੀਂ ਸੂਚਰ ਕਰਤਾ, ਅਤੇ ਇਹਨਾਂ ਨੂੰ ਮੈਂ ਐਡਮਿਟ ਕਰ ਲਿਆ, ਅਤੇ ਬਾਕੀ ਐਕਸਰੇ ਦੇ ਬਿਹਾਫ 'ਤੇ ਸਾਨੂੰ ਪਤਾ ਲੱਗੇਗਾ ਫਰਦਰ ਕੀ ਇਹਨਾਂ ਦੀ ਪੋਜੀਸ਼ਨ ਕੀ ਹੈ ਜੀ। ਹਾਲੇ ਤਾਂ ਸਟੇਬਲ ਹੈ। ਇੱਕ ਜਣਾ ਸੀ, ਦੋ ਜਣੇ ਸੀ? ਦੋ ਜਣੇ ਸੀਗੇ। ਕੀ ਕੀ ਨਾਮ ਨੇ ਜਿਹਨਾਂ ਦੇ? ਇੱਕ ਦਾ ਨਾਮ ਇਬਰਾਹਿਮ ਹੈ ਔਰ ਇੱਕ ਲੇਡੀ ਹੈ ਰਫੀਨਾ। ਇਸ ਲੜਕੇ ਦੇ ਕਮ ਸੇ ਕਮ 15-16 ਟਾਂਕੇ ਲੱਗੇ ਆ।